ਅਸਲਾਮ ਵਾਲੇਕਮ ਸਿਆਸੀ ਦੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤਵੇ ਲਿਓ ਸਭ ਤੋਂ ਪਹਿਲਾਂ ਸਾਰਿਆਂ ਮਿੱਠਿਆਂ ਤੇ ਮਿੱਠੀਆਂ ਨੂੰ ਸਾਡੇ ਵੱਲੋਂ ਈਦ ਮੁਬਾਰਕ ਹੁਣ ਪਤਾ ਨਹੀਂ ਅੱਜ ਤੁਹਾਡੇ ਕੋਲ ਈਦ ਦਾ ਦੂਸਰਾ ਦਿਨ ਹੈ ਜਾਂ ਪਹਿਲਾ ਦਿਨ ਹੈ ਜਾਂ ਤੀਸਰਾ ਦਿਨ ਹੈ ਬਹਰ ਸਾਰਿਆਂ ਨੂੰ ਈਦ ਵੀ ਮੁਬਾਰਕ ਤੇ ਜਿਹੜੇ ਕੁਰਬਾਨੀ ਕਰ ਰਹੇ ਨੇ ਉਹਨਾਂ ਨੂੰ ਕੁਰਬਾਨੀ ਮੁਬਾਰਕ ਤੇ ਗੁਜ਼ਾਰਿਸ਼ ਇਹ ਹੈ ਕਿ ਗਰੀਬਾਂ ਦਾ ਬੜਾ ਬੜਾ ਖਿਆਲ ਰੱਖਿਆ ਦੇ ਜਿੱਥੇ-ਜਿੱਥੇ ਵੀ ਤੁਸੀਂ ਕੁਰਬਾਨੀ ਕਰ ਰਹੇ ਹੋ ਅੱਲਾਹ ਪਾਕ ਤੁਹਾਡੀ ਕਬੂਲ ਔਰ ਮਨਜ਼ੂਰ ਫਰਮਾਏ ਤੇ ਮਿੱਠਿਆ ਬਹੁਤ ਵੱਡੀ ਖਬਰ ਵੱਡੀ ਈਦ ਤੇ ਵੱਡੀ ਖਬਰ ਵੱਡੀ ਖਬਰ ਤੁਹਾਨੂੰ ਕਿੱਥੋਂ ਮਿਲ ਸਕਦੀ ਹੈ ਸਿਆਸੀ ਦੇਰਾ ਤੋਂ ਕਿਉਂਕਿ ਸਿਆਸੀ ਦੇਰਾ ਜਿਹੜਾ ਇਹ ਪਾਕਿਸਤਾਨੀ ਆਵਾਮੀ ਚੈਨਲ ਆਵਾਮ ਦਾ ਚੈਨਲ ਹੈ ਔਰ ਅਸੀਂ ਆਵਾਮ ਦੀ ਗੱਲ ਕਰਨੇ ਆ ਔਰ ਅਸੀਂ ਉਹ ਚੀਜ਼ਾਂ ਤੁਹਾਡੇ ਅੱਗੇ ਲਿਆ ਕੇ ਬੇਨਕਾਬ ਕਰਨੇ ਆ ਆਮ ਬੰਦਾ ਉਹ ਕਰ ਨਹੀਂ ਸਕਦਾ ਕਿਉਂਕਿ ਉਹਦੇ ਆਸੇ ਬੜਾ ਜ਼ੁਰਤ ਜਿਗਰਾ ਔਰ ਸਿਸਟਮ ਚਾਹੀਦਾ ਹੁੰਦਾ ਠੀਕ ਹੈ ਨਾ ਜੀ ਤੇ ਇਸ ਵਾਸਤੇ ਕਈ ਮਠੇੜੇ ਨੇ ਉਹ ਹੱਥ ਨਹੀਂ ਪਾਉਂਦੇ ਇਹਨਾਂ ਚੀਜ਼ਾਂ ਨੂੰ ਖਾਸ ਤੌਰ ਤੇ ਜਿਹੜੇ ਸਾਡੇ ਭਰਾ ਪਾਕਿਸਤਾਨ 'ਚ ਰਹਿੰਦੇ ਨੇ ਆਪਣੀ ਥਾਂ ਤੇ ਉਹ ਬੜਾ ਕੰਮ ਕਰ ਰਹੇ ਨੇ ਰਜੀਦਾਦਾ ਹਰੀ ਇਮਰਾਨ ਸ਼ਫਕਤ ਹੋਰੀ ਲੇਕਿਨ ਫਿਰ ਵੀ ਉਹ ਇਸ਼ਾਰਿਆਂ ਕਨਾਇਆਂ ਦੇ ਵਿੱਚ ਗੇਮ ਪਾ ਜਾਂਦੇ ਨੇ ਲੇਕਿਨ ਪੂਰੀ ਖੋਲ ਕੇ ਨਹੀਂ ਰੱਖਦੇ ਜਿਵੇਂ ਅਸੀਂ ਪੂਰੀ ਠਬਰੀ ਅੰਜ ਰੈਂਚ ਦੇ ਨਾਲ ਖੋਲ ਕੇ ਰੱਖੀ ਦੀ ਹੈ ਨਾ ਇਸ ਤਰ੍ਹਾਂ ਉਹ ਨਹੀਂ ਰੱਖਦੇ ਕਿਉਂਕਿ ਜ਼ਹਰੀ ਕਲ ਉੱਥੇ ਫੜ ਫੁੱਟ ਜੂ ਲੈਂਦੇ ਨੇ ਤੇ ਧਮਕੀਆਂ ਤੇ ਇਹ ਤੇ ਉਹ ਸਾਰਾ ਉੱਥੇ ਤੁਹਾਨੂੰ ਪਤਾ ਹੈ ਜੋ ਸਾਰਾ ਤੇ ਅਸੀਂ ਤਾਂ ਰੈਂਚ ਹੱਥ 'ਚ ਫੜਿਆ ਤੇ ਤਬਦੀਲੀ ਅਸੀਂ ਖੋਲੀ ਜਾਂਦੇ ਆਂ ਔਰ ਖੋਲ ਕੇ ਤੁਹਾਡੇ ਅੱਗੇ ਸਾਰੀ ਉਹਦੀ ਡੈਲਮੋ ਜਿਹੜੀ ਅੱਗੇ ਬੇਨਕਾਬ ਕਰੀ ਦੀ ਕਿਉਂਕਿ ਸਾਡਾ ਮਿਸ਼ਨ ਅਸੀਂ ਸਰਕਾਰੇ ਮਿਸ਼ਨ ਰੱਖਿਆ ਪਹਿਲੇ ਸਾਡਾ ਮਿਸ਼ਨ ਸੀ ਕਿ ਇਹਨੂੰ ਲਾਣਾ ਕੁਰਸੀ ਤੋਂ ਹੁਣ ਸਾਡਾ ਮਿਸ਼ਨ ਹੈ ਕਿ ਇਹਦੀ ਕਰਪਸ਼ਨ ਤੁਹਾਡੇ ਸਾਹਮਣੇ ਲੈ ਕੇ ਅਸੀਂ ਆਣੀ ਤੇ ਖਬਰ ਜਿਹੜੀ ਤੁਹਾਡੇ ਅਸਮਾ ਲੈ ਕੇ ਆ ਰਿਹਾ ਕਿ ਪੀਰਨੀ ਦੀ ਗ੍ਰਿਫਤਾਰੀ ਗਾਲਾਂ ਬੜੇ ਧਿਆਨ ਨਾਲ ਸੁਣਨੀ ਹੈ ਵੱਡੀ ਈਦ ਦੇ ਉੱਤੇ ਵੱਡੀ ਖਬਰ ਤੇ ਵੱਡਾ ਤਹਿਲਕਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਔਰ ਇਹੋ ਖਬਰ ਹੈ ਜਿਹੜੀ ਅੰਦਰ ਹੈ ਅੰਦਰ ਖਬਰ ਅੰਦਰ ਹੈ ਔਰ ਉਹਦੇ ਉੱਤੇ ਕਿਸੇ ਨੇ ਇੰਜ ਰੱਖ ਛੜਿਆ ਕੌਲਾ ਬਾਹਰ ਨਾ ਨਿਕਲੇ ਲੇਕਿਨ ਉਸ ਕੌਲੇ ਦੇ ਵਿੱਚ ਸਾਡਾ ਵੀ ਜਿੰਨ ਸੀ ਇੱਕ ਉਹਨੇ ਸੰਕਿਆ ਜੀ ਪੀਰ ਨਹੀਂ ਦੀ ਗ੍ਰਿਫਤਾਰੀ ਦਾ ਫੈਸਲਾ ਹੋ ਚੁੱਕਿਆ ਜੀ ਠੀਕ ਨਾ ਭਾਈ ਜਾਨ ਪੀਰ ਨਹੀਂ ਦੀ ਗ੍ਰਿਫਤਾਰੀ ਦਾ ਫੈਸਲਾ ਹੋ ਚੁੱਕਿਆ ਔਰ ਹੋਇਆ ਵੀ ਹਾਈ ਲੈਵਲ ਤੇ ਆ ਉਪਰੇ ਉੱਪਰ ਵਾਲੇ ਲੈਵਲ ਤੇ ਛੋਟੇ ਮੋਟੇ ਰਾਣਾ ਸਨਾਉਲਾ ਦੇ ਲੈਵਲ ਤੇ ਨਹੀਂ ਵੱਡੇ ਲੈਵਲ ਤੇ ਜਿੱਥੇ ਵੱਡੇ ਰੌਲੇ ਤੇ ਵੱਡੀਆਂ ਕੁਲਫੀਆਂ ਤੇ ਵੱਡੀਆਂ ਜਲੇਬੀਆਂ ਜਿੱਥੇ ਨਿਕਲਦੀਆਂ ਠੀਕ ਹੈ ਨਾ ਬਾਈ ਜਾਨ ਤੇ ਵੱਡੇ ਬਕਰੇ ਜਿੱਥੇ ਹਲਾਲ ਹੁੰਦੇ ਨੇ ਅਸੀਂ ਬੜੀ ਢੇਰ ਤੋਂ ਜਦੋਂ ਇਸ ਨਿਆਜ਼ੀ ਦੀ ਹਕੂਮਤ ਪੂਰੀ ਪੀਕ ਦੇ ਉੱਤੇ ਸੀ ਔਰ ਜ਼ੁਲਮ ਦੀ ਦਾਸਤਾਨ ਵੀ ਪੂਰੀ ਪੀਕ ਦੇ ਉੱਤੇ ਸੀ ਉਦੋਂ ਅਸੀਂ ਬੋਲਦੇ ਸੀ ਜਦੋਂ ਕੋਈ ਨਹੀਂ ਸੀ ਬੋਲਦਾ ਉਦੋਂ ਅਸੀਂ ਇਹ ਇਨਕਸ਼ਾਫਾਤ ਕੀਤੇ ਸੀ ਜਿਹੜੇ ਅੱਜ ਬਾਹਰ ਨਿਕਲ ਰਹੇ ਨੇ ਜਿਹੜਾ ਉਦੋਂ ਜਿਹੜਾ ਬੋਲਦਾ ਸੀ ਉਹ ਅੰਦਰ ਹੁੰਦਾ ਸੀ Imran Shafqat ਨੇ ਪੀਰਨੀ ਦੀ ਕਰਪਸ਼ਨ ਦੇ ਬਾਰੇ ਇਹ ਸਟੋਰੀ ਕੀਤੀ ਅੰਦਰ ਹੋ ਗਿਆ ਹਾਮਦ ਮੀਰ ਦੇ ਭਰਾ ਨੇ ਕੀਤੀ ਅੰਦਰ ਹੋ ਗਿਆ ਰਜ਼ੀ ਦਾਦਾ ਨੇ ਕੀਤੀਆਂ ਅੰਦਰ ਹੋ ਗਏ ਮਤੀਉਲਾ ਜਾਨ ਬੋਲੇ ਅੰਦਰ ਹੋ ਗਏ ਲੇਕਰ ਅਸੀਂ ਉਦੋਂ ਉਹਨਾਂ ਦੀ ਆਵਾਜ਼ ਬਣ ਕੇ ਬੋਲਦੇ ਰਹਾਂ ਔਰ ਉਹ ਸਟੋਰੀਆਂ ਹੋਣ ਬਾਰ ਆ ਰਹੀਆਂ ਅਸੀਂ ਨਾਲੇ ਕਿਦੇ ਸੀ ਕਿ ਜਿਸ ਦਿਨ ਇਹਦੀ ਹਕੂਮਤ ਖਤਮ ਹੋਈ ਸਿਰਫ ਪੀਰਨੀ ਜਿਹੜੀ ਹੈ ਨਾ ਪੀਰਨੀ ਇਸ ਇਨਾ ਕੂ ਮਾਲ ਕਮਾ ਲਿਆ ਹੈ ਕਿ ਦੋ ਨਵੇਂ ਪਾਕਿਸਤਾਨ ਪੀਰਨੀ ਦੀ ਜੇ ਪਿਛੇ ਬਣ ਜਾਂਦੇ ਨੇ ਠੀਕ ਹੈ ਨਾ ਜੀ ਇਹਨੂੰ ਹਟਾਉਣ ਦਾ ਮਕਸਦ ਕੋਈ ਮਤਲਬ ਮਹਿੰਗਾਈ ਜਾਂ ਤੇਲ ਦੀਆਂ ਕੀਮਤਾਂ ਨਹੀਂ ਕਿਉਂਕਿ ਉਹ ਤਾਂ ਪੂਰੀ ਦੁਨੀਆ ਤੇ ਵਧੀਆਂ ਨੇ ਮਹਿੰਗਾਈ ਨੂੰ ਤਾਂ ਪੂਰੀ ਦੁਨੀਆ ਨੇ ਲਪੇਟ ਛਲੇ ਆ ਇਹਨੂੰ ਹਟਾਉਣ ਦਾ ਜਿਹੜਾ ਮਕਸਦ ਆ ਉਹ ਹੈਗਾ ਦੂਸਰਾ ਸਿਸਟਮ ਸਮਝ ਦਿਓ ਕਿ ਨਹੀਂ ਉਹਦੇ ਪਿੱਛੇ ਬੜੀਆਂ ਬੜੀਆਂ ਲੰਮੀਆਂ ਜੜੀਆਂ ਉਹ ਦਾਸਤਾਨਾਂ ਨੇ ਬੜੇ ਬੜੇ ਲੰਮੇ ਜਿਹੜੇ ਨੇ ਉਹ ਰੌਲੇ ਨੇ ਤੇ ਇਹਨੂੰ ਹੁਣ ਗ੍ਰਿਫਤਾਰ ਕਰਨ ਦਾ ਫੈਸਲਾ ਉਸ ਜਗ੍ਹਾ ਤੇ ਹੋ ਚੁੱਕਿਆ ਜਿੱਥੇ ਹੋ ਨਹੀਂ ਸੀ ਰਿਹਾ ਪਿਛਲੇ 2 ਮਹੀਨਿਆਂ ਤੋਂ ਪੀਰਨੀ ਦਾ ਇੱਕ ਮੁੰਡਾ ਉਹਦੇ ਅਕਾਊਂਟ ਦੇ ਵਿੱਚ 6 ਅਰਬ ਰੁਪਈਆ ਫੜਿਆ ਗਿਆ ਪੀਰਨੀ ਦਾ ਭਰਾ ਉਹਦੇ ਅਕਾਊਂਟ ਦੇ ਵਿੱਚ 15 ارب ਰੁਪਏ ਸ਼ਿਕਾ ਰਾਜਿਲ ਵਕ ਜਿਹੜਾ ਉਫੜਿਆ ਗਿਆ। ਔਰ ਇਹ ਇਹੋ ਲੋਗ ਨੇ ਜਿਹੜੇ ਬਿੱਲ ਕੁੱਲ ਜਿਹੜਾ ਨਾ ਟਕੇ ਟੋਕਰੀ ਲੋਕ ਸੀ। ਲੇਕਿਨ ਕੁਰਬਾਨੀ ਬਹੁਤ ਵੱਡੀ ਸੀ। ਕੁਰਬਾਨੀ ਏਡੀ ਵੱਡੀ ਦਿੱਤੀ ਹੈ ਕਿ ਉਹਨਾਂ ਸਮਝਿਆ ਕਿ ਇਹ ਪੰਜਾਬ ਤੇ ਸਾਡੇ ਨਾਂ ਲੱਗ ਗਿਆ। ਇਹਨੂੰ ਖਾਣਾ, ਇਹਨੂੰ ਬਰਬਾਦ ਕਰਨਾ, ਇਹਨੂੰ ਵੇਚਣਾ ਸਾਡੇ ਤੇ ਫਰਜ਼ ਹੋ ਗਿਆ। ਫਿਰ ਆਪਣੇ ਯੱਕੇ ਨੂੰ ਆਪਣੇ ਮুরিਦ ਨੂੰ ਉਸਮਾਨ ਬੁਜ਼ਦਾਰ ਨੂੰ ਤੱਕੇ ਨਾਲ ਸਟੈਬਲਿਸ਼ਮੈਂਟ ਦੇ ਨਾਲ ਲੜਾਈ ਲੜਵਾ ਕੇ ਨਿਆਜ਼ੀ ਦੀ ਇਸ ਪੀਰਨੀ ਨੇ ਵਜ਼ੀਰਿਆਲਾ ਲਗਵਾਇਆ ਮਤਲਬ ਇਹ ਹੁਣ ਮੈਂ ਬੜੀ ਅੰਦਰ ਦੀ ਖਬਰ ਤੋਂ ਦੱਸ ਰਿਹਾ ਪੀਰਨੀ ਨੇ ਉਸਮਾਨ ਬੁਜ਼ਦਾਰ ਜਿਹੜਾ ਕੋ ਦਾ ਮੁਰੀਦ ਏ ਉਸਮਾਨ ਬੁਜ਼ਦਾਰ ਪੀਰਨੀ ਦਾ ਮੁਰੀਦ ਕਿਉਂ ਹੈ ਬੁਜ਼ਦਾਰੇ ਦੀਆਂ ਦੋ ਬੀਬੀਆਂ ਨੇ ਇੱਕ ਪਿੰਡ ਤੇ ਇੱਕ ਲਾਹੌਰ ਜਿਹੜੀ ਲਾਹੌਰ ਵਾਲੀ ਆ ਉਹ ਉਹਦੀ ਜਿਹੜੀ ਐ ਏਜੰਟਾਂ ਔਰ ਮੁਰੀਦ ਐ ਪੀਰਨੀ ਦੀ ਬੁਜ਼ਦਾਰੇ ਦੀ ਬੀਬੀ ਤੇ ਅੱਜ ਤੋਂ 25 ਸਾਲ ਪਹਿਲੇ ਉਹ ਜਦੋਂ ਜੇਲ੍ਹ ਲੋਹੜਾ ਕਲਬ ਸੀ ਉੱਥੇ ਉਹ ਦੌਰੀ ਡੰਡਾ ਵੀ ਜਦੋਂ ਚੱਲਦਾ ਸੀ ਉਦੋਂ ਇਹ ਬੁਜ਼ਦਾਰੇ ਦੀ ਲੋਹੜਾ ਵਾਲੀ ਬੀਬੀ ਵੀ ਉੱਥੇ ਹੁੰਦੀ ਸੀ ਮੈਂ ਬਹੁਤ ਵੱਡੀ ਖਬਰ ਤੁਹਾਨੂੰ ਦੇ ਰਿਹਾ ਤੇ ਇਹ ਆਪਣੇ ਬੁਜ਼ਦਾਰੇ ਨੂੰ ਮਾਈ ਨੇ ਸਟੈਬਲਿਸ਼ਮੈਂਟ ਦੇ ਨਾਲ ਲੜਾਈ ਲੈ ਕੇ ਨਿਆਜ਼ੀ ਨਾਲ ਲੜਾਈ ਲੈ ਕੇ ਟੱਕੇ ਨਾਲ ਵਜ਼ੀਰਿਆਲਾ ਬਣਵਾਇਆ ਉਹਦੇ ਪਿੱਛੇ ਕੀ ਮੁਹਰਕਤ ਸੀ ਉਹਦੇ ਪਿੱਛੇ ਮੁਹਰਕਤ ਇਹ ਸੀ ਇਹ ਜਦੋਂ ਬਣੇਗਾ ਤੇ ਅਸੀਂ ਹੋਵਾਂਗੇ ਇਹਦੇ ਮੂੰਹ ਤੇ ਲਾ ਦੇਾਂਗੇ ਟੇਪ ਤੇ ਅਸੀਂ ਹੋਵਾਂਗੇ ਪੰਜਾਬ ਦੇ ਬਾਦਸ਼ਾ ਤੇ ਅਸੀਂ ਜਾਣੀਏ ਤੇ ਪੰਜਾਬ ਜਾਣ ਅੱਲਾਹ ਲਾ ਤੇ ਖੈਰ ਸਲਾ ਇੰਜ ਹੀ ਫਿਰ ਹੋਇਆ ਇਹ ਇੱਕ ਵਜ੍ਹਾ ਜਿਹਦੇ ਤੋਂ ਨਿਆਜ਼ੀ ਨੂੰ ਹਟਾਇਆ ਗਿਆ ਕਿ ਮੁਲਕ ਪੰਜਾਬ ਖੋਖਲਾ ਕਰ ਦਿੱਤਾ ਮਤਲਬ ਕਿ ਸੋਨਾ ਹੀਰਾ ਜਿੰਨਾ ਵੀ ਪੰਜਾਬ ਦੇ ਵਿੱਚ ਸੀ ਜਿੱਥੇ-ਜਿੱਥੇ ਵੀ ਪਿਆ ਸੀ ਜਿਹੜੀ-ਜਿਹੜੀ ਦੁਕਾਨ ਤੇ ਪਿਆ ਸੀ ਇਸ ਮਾਈ ਨੇ ਉਹ ਕਰਾਪਸ਼ਨ ਦੇ ਦਰੀਏ ਹਾਸਲ ਕਰਕੇ ਦੁਬਈ ਪਹੁੰਚਾਇਆ ਇਹ ਬਹੁਤ ਵੱਡਾ ਇਨਕਸ਼ਾਬ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਜਿੱਥੇ-ਜਿੱਥੇ ਮਹਿੰਗੇ ਤਰੀਨ ਹੀਰੇ ਪਏ ਸੀ ਪਾਕਿਸਤਾਨ ਦੀਆਂ ਦੁਕਾਨਾਂ ਤੇ ਵੱਡੀਆਂ-ਵੱਡੀਆਂ ਇਸ ਮਾਈ ਨੇ ਬਾਦਲੇਾਂ ਦੇ ਦੇ ਚੱਕਰ ਦੇ ਵਿੱਚ فرض ਕਰੋ ਇੱਕ ਕਮਿਸ਼ਨਰ ਨੇ ਤਵਾਦਲਾ ਘਟਨਾ ਲਵਾਣਾ ਆਪਣੀ ਮਰਜ਼ੀ ਦਾ 10 ਕਰੋੜ ਉਹਦੇ ਕੋਲ ਲੈਣਾ ਹੈ ਔਰ ਨਾਲ ਉਹਨੂੰ ਚਿੱਠ ਦੇਣੀ ਕਿ ਫਲਾਣੀ ਜਗ੍ਹਾ ਦੇ ਉੱਤੇ ਫਲਾਣੀ ਦੁਕਾਨ ਦੇ ਉੱਤੇ ਇੰਨੇ ਕਰੋੜ ਦਾ ਇਹ ਹੀਰਾ ਪਿਆ ਇਹ ਲੈ ਕੇ ਤੇ ਆ ਤੇ ਫਿਰ ਤੇਰਾ ਅਗਲੇ ਦਿਨ ਤਵਾਦਲਾ ਹੋ ਜਾਏਗਾ ਉਹ ਜਿਹੜਾ ਕਮਿਸ਼ਨਰ ਹੈ ਉਹ ਫਿਰ ਜਾਏਗਾ ਉੱਥੇ ਉੱਥੇ ਜਾ ਕੇ ਉਹ ਹੀਰਾ ਜਿਹੜਾ ਉਹ ਲਵੇਗਾ ਲਿਆ ਕੇ ਉੱਥੇ ਉਹਨੂੰ ਦੇਗਾ ਔਰ ਦੇਣ ਤੋਂ ਬਾਅਦ ਉਹ ਦੁਬਈ ਜਿਹੜਾ ਉਹ ਪਹੁੰਚਾਇਆ ਜਾਏਗਾ ਇਹ ਸਾਰੇ ਕੋਈ ਹਜ਼ਾਰਾਂ ਦੇ ਤਦਾਦ ਤੇ ਇਸ ਤਰ੍ਹਾਂ ਦੇ ਵਾਕਿਆਤ ਨੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਕੋਈ ਸੋਨਾ ਕੰਮ ਦਾ ਤੇ ਕੰਮ ਦਾ ਹੀਰਾ ਪੰਜਾਬ ਦੇ ਵਿੱਚ ਨਹੀਂ ਬਚਿਆ ਸਾਰੇ ਦਾ ਸਾਰਾ ਕੱਢ ਕੇ ਦੁਬਈ ਪਹੁੰਚਾਇਆ ਗਿਆ ਤੇ ਮੈਂ ਆਲਰੇਡੀ ਬੜੀ ਦੇਰ ਤੋਂ ਇਹਦੇ ਪਿੱਛੇ ਲੱਗਾ ਔਰ ਮੈਂ ਸਮਝਣਾ ਕਿ ਆਧਾਰਿਆਂ ਦੀ ਬੜੀ ਮਿਹਰਬਾਨੀ કે જેડે કામ ਇਸ કામ ਉਸ નુક્તે ਤੇ ਹੁਣ ਪਹੁੰਚ ਚੁਕੇ ਨੇ ਕਿ ਮਾਈ ਦੀ ਗ੍ਰਿਫਤਾਰੀ ਜਿਹੜੀ ਹੈ ਇਸ ਤੋਂ ਇਲਾਵਾ ਚਾਰਾ ਕੋਈ ਨਹੀਂ ਕਿਉਂਕਿ ਮਾਈ ਦੀ ਗ੍ਰਿਫਤਾਰੀ ਸਾਰੇ ਰਾਜ਼ ਖੋਲ ਦੇਗੀ ਮੈਂ ਇਲਜ਼ਾਮ ਲਾਇਆ 2070 ارب ਰੁਪયા ਪੰਜਾਬ وچوں ઇને કઢયા માઈ ਨੇ પીરની ਨੇ ਔਰ નિઆઝી ਨੇ 2070 ارب یعنی 2070 ارب ਰੁਪયા ਨા કઢયા ਇਹ ਮੇਰਾ તહમીના ਜਿਹੜਾ ਮੈਨੂੰ ਕਿਸੇ ਮਿੱਠੇ ਨੇ ਅੰਦਰੋਂ ਦਿੱਤਾ ਜਿਹੜੇ ਸਾਬ ਕਿਤਾਬ ਰੱਖਦੇ ਨੇ ਇਹਦੇ ਚ ਤਬਾਦਲੇ ਤਕਰਰੀਆਂ ਨੌਕਰੀਆਂ ਸ਼ਾਮਲ ਨਹੀਂ ਇਹਦੇ ਚ ਠੇਕੇ ਹਾਊਸਿੰਗ ਸੁਸਾਇਟੀਆਂ ਸ਼ਾਮਲ ਨਹੀਂ ਇਹਦੇ ਚ ਨਲਕੇ ਪਾਣੀ ਗੈਸ ਬਿਜਲੀ ਖੰਭੇ ਸ਼ਾਮਲ ਨਹੀਂ ਇਹਦੇ ਚ ਸਿਰਫ ਔਰ ਸਿਰਫ ਜਿਹੜਾ ਬਜਟ ਦੇ ਵਿੱਚੋਂ ਪੈਸਾ ਲਿਆ ਉਹ ਏ 2070 ਅਰਬ ਤੇ ਪਤਾ ਨਹੀਂ ਉਂਝ ਇਹ ਕਿੰਨਾ ਕੁ ਹੈ ਅੱਜ ਐਵੇਂ ਪੰਜਾਬ ਬਿਜਲੀ ਨੂੰ ਨਹੀਂ ਤਰਸਦਾ ਸਾਂ ਐਂਜ ਅੱਜ ਐਵੇਂ ਦਵਾਈ ਰੋਟੀ ਆਟਾ ਕਿਉ ਸੜਕ ਨਾਲੀ ਨਲਕਾ ਇਹ ਤਾਂ ਸਾਰਾ ਕੁਝ ਨਵਾਸ਼ ਸ਼ਰੀਫ ਠੀਕ ਕਰਕੇ ਗਿਆ ਸੀ ਹਰ ਬੰਦੇ ਨੂੰ ਖੁਸ਼ਹਾਲ ਕਰਕੇ ਗਿਆ ਸੀ ਇਹਨਾਂ ਕੀਤਾ ਕੀ ਐ ਉਹ ਵਜ੍ਹਾ ਜਿਸ ਵਜ੍ਹਾ ਤੋਂ ਇਹਨੂੰ ਹਟਾਇਆ ਗਿਆ ਕਿਉਂਕਿ ਕੱਖ ਨਹੀਂ ਸਿਰਿਆ ਪੱਲੇ ਤੇ ਇਸ ਮਾਈ ਨੂੰ ਇਹ ਦੇ ਉੱਤੇ ਬਹੁਤ ਵੱਡੀ ਮੈਂ ਖਬਰ ਦੇ ਰਿਹਾ ਮਾਈ ਦੀ ਗ੍ਰਿਫਤਾਰੀ ਦਾ ਫੈਸਲਾ ਹੋ ਚੁੱਕਿਆ ਹਾਈ ਲੈਵਲ ਤੇ ਹੋ ਚੁੱਕਿਆ ਔਰ ਇਨਾ ਕੋ ਸਕੈਂਡਲ ਹੈ ਕਿ ਮੈਂ ਗਿਣ ਨਹੀਂ ਸਕਦਾ ਇਨਾ ਕੋ ਇਸ ਮਾਈ ਦਾ ਸਕੈਂਡਲ ਹੈ ਮੈਂ ਨਹੀਂ ਗਿਣ ਸਕਦਾ ਕਿਉਂਕਿ 6 ਮਹੀਨੇ ਪਹਿਲੇ ਜਦੋਂ ਮੈਂ ਖਬਰ ਦਿੱਤੀ ਸੀ ਇਟ ਪੁੱਟੋ ਗਏ ਦੇ ਵਿੱਚੋਂ ਮਾਈ ਨਿਕਲੇਗੀ ਹੁਣ ਆਂਦੇ ਨੇ ਇਟ ਪੁੱਟੋ ਦੇ ਵਿੱਚੋਂ 100 ਮਾਈਆਂ ਨਿਕਲਦੀਆਂ ਵੱਡੇ ਲੋਕ ਆਂਦੇ ਆ ਤੇ ਇਹ ਈਦ ਦੇ ਉੱਤੇ ਬਹੁਤ ਵੱਡੀ ਖੁਸ਼ਖਬਰੀ ਦੇ ਰਹੇ ਆ ਮੈਂ ਮਾਈ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਹੋ ਚੁੱਕਿਆ ਇਦੋਂ ਬਾਅਦ ਹੋਏ ਦਸਾਂ ਦਿਨਾਂ ਬਾਅਦ ਹੋਏ 15 ਦਿਨਾਂ ਬਾਅਦ ਹੋਏ 20 ਦਿਨਾਂ ਬਾਅਦ ਹੋਏ ਕਿਉਂਕਿ ਤਲਕ ਤੇ ਉਸ ਵੀ ਆਪਣੇ ਲੜਾਣੇ ਨਹੀਂ ਕਿਉਂਕਿ ਪੈਸੇ ਨਾਲ ਬੜੀ ਗੇਮ ਚੱਲਦੀ ਆ ਪਾਕਿਸਤਾਨ 'ਚ ਹੱਥ ਪੈਰ ਮਾਰੇਗੀ ਅੱਗੇ ਇੱਕ ਵਾਰ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਡਨਮਾਰਕ ਉੱਥੇ ਪਲਾਜ਼ੇ ਪਲੂਜ਼ੇ ਖਰੀਦੇ ਆ ਦੇ ਮੁੰਡਿਆਂ ਨੇ ਹੁਣ ਨਸਦੀ ਏ ਨਹੀਂ ਨਸਤੀ ਕੀ ਬਣਦਾ ਕੀ ਨਹੀਂ ਲੇਕਿਨ ਉਸ ਜਗ੍ਹਾ ਤੇ ਫੈਸਲਾ ਹੋ ਚੁੱਕਿਆ ਜਿੱਥੇ ਹੋਣਾ ਚਾਹੀਦਾ ਸੀ ਔਰ ਹੁਣ ਤੱਕ ਇਹਨੂੰ ਅਡਿਆਲਾ ਹੋਣਾ ਚਾਹੀਦਾ ਸੀ ਈਦ ਮੁਬਾਰਕ ਬਹੁਤ ਸ਼ੁਕਰੀਆ